ਹੇ ਫਰੈਂਡਸ, ਵੈਲਕਮ ਟੂ ਐਨ ਟੀ ਏ ਨੈੱਟ ਐਗਜ਼ਾਮ। ਇਹ ਚੈਨਲ ਮੈਂ ਖਾਸ ਤੌਰ 'ਤੇ ਐਨ ਟੀ ਏ ਦਾ ਜੋ ਐਗਜ਼ਾਮ ਦੇ ਰਹੇ ਹਾਂ ਉਹਨਾਂ ਵਾਸਤੇ ਬਣਾਇਆ ਹੈ, ਅਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਇਸਦੇ ਨਾਲ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਜਾਂ ਜੋ ਕੋਈ ਵੀ ਮੈਂ ਵੀਡੀਓ ਅਪਲੋਡ ਕਰਾਂ ਅਤੇ ਨਾਲ ਹੀ ਤੁਹਾਨੂੰ ਸ਼ੋਅ ਹੋ ਜਾਏ। ਮੇਰੀ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰੋ, ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਲਾਈਕ ਜ਼ਰੂਰ ਕਰਿਆ ਕਰੋ, ਐਂਡ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਵੀ ਦੱਸੋ ਕਿ ਇੱਥੇ ਆ ਕੇ ਉਹ ਜ਼ਰੂਰ ਵੀਡੀਓ ਦੇਖਣ। ਇਸ ਦੇ ਨਾਲ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਮੈਂ ਅਨਅਕੈਡਮੀ ਲਰਨਿੰਗ ਪਲੇਟਫਾਰਮ ਦੇ ਉੱਤੇ ਪੰਜਾਬੀ ਦੀ ਐਜ਼ ਅ ਐਜੂਕੇਟਰ ਹਾਂ, ਅਤੇ ਬਹੁਤ ਜ਼ਿਆਦਾ ਸਕਸੈਸਫੁਲ ਮੇਰੇ ਕੋਰਸ ਚੱਲ ਰਹੇ ਨੇ, ਪੇਪਰ 1 ਦੇ ਨਾਲ ਰਿਲੇਟਡ ਵੀ ਅਤੇ ਪੰਜਾਬੀ ਦੇ ਨਾਲ ਰਿਲੇਟਡ ਵੀ। ਤੁਸੀਂ ਉੱਥੇ ਜਾ ਕੇ ਮੇਰੇ ਕੋਰਸ ਦੇ ਸਕਦੇ ਹੋ, ਸੱਭਿਆਚਾਰ ਦੇ ਨਾਲ ਰਿਲੇਟਡ ਕੋਰਸ ਨੇ, ਇਸ ਤੋਂ ਇਲਾਵਾ ਮੇਰੇ ਭਾਸ਼ਾ ਦੇ ਨਾਲ ਅਤੇ ਕਾਵਿ ਦੇ ਨਾਲ ਰਿਲੇਟਡ ਉੱਥੇ ਕੋਰਸ ਚੱਲ ਰਹੇ ਨੇ। ਉੱਥੇ ਜਾ ਕੇ ਫ੍ਰੀ 'ਚ ਤੁਸੀਂ ਵੀਡੀਓ ਦੇਖ ਸਕਦੇ ਨੇ ਅਤੇ ਨਾਲ ਦੇ ਨਾਲ ਤੁਸੀਂ ਉੱਥੇ ਆਪਣੀ ਪ੍ਰੈਕਟਿਸ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਅੱਜ ਇੱਥੇ ਜਿਹੜਾ ਮੇਰਾ ਲੈਸਨ ਹੈ ਉਹ ਲਾਸਟ ਮਿਨਟ ਰਿਵੀਜ਼ਨ ਵਿਦ ਪੰਜਾਬੀ ਪ੍ਰੀਵੀਅਸ ਈਅਰਸ ਕੁਸ਼ਚਨ ਪੇਪਰਸ ਦੇ ਨਾਲ ਰਿਲੇਟਡ ਹੈ। ਜੀ ਹਾਂ, ਇਸ ਦੇ ਵਿੱਚ ਮੈਂ ਤੁਹਾਨੂੰ ਜੋ ਵੀ ਪ੍ਰੀਵੀਅਸ ਈਅਰਸ ਦੇ ਐਮ ਸੀ ਕਿਊਜ਼ ਹੈਗੇ ਨੇ ਪੰਜਾਬੀ ਦੇ ਉਹਨਾਂ ਬਾਰੇ ਦੱਸਾਂਗੇ ਅਤੇ ਨਾਲ ਦੇ ਨਾਲ ਅਸੀਂ ਇਸ ਦੇ ਵਿੱਚ ਡਿਸਕਸ਼ਨ ਕਰਾਂਗੇ। ਸੋ ਤੁਸੀਂ ਪਹਿਲਾਂ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਨਾਲ ਤੁਸੀਂ ਬੈਲ ਆਈਕਨ ਨੂੰ ਦਬਾ ਲਓ। ਸ਼ੁਰੂ ਕਰਦੇ ਹਾਂ ਅੱਜ ਦਾ ਲੈਸਨ। ਫਸਟ ਸਾਡੇ ਕੋਲ ਹੈਗਾ ਹੈ ਸਾਹਿਤ ਵਿਗਿਆਨ ਦੀ ਮੂਲ ਸਥਾਪਨਾ। ਇਹ ਹੈ ਕਿ ਕਿਸੇ ਵੀ ਵਸਤੂ ਦਾ ਅਧਿਐਨ ਕਿਸੇ ਵਿਸ਼ੇ ਦੇ ਘੇਰੇ ਵਿੱਚ ਹੋਣਾ ਚਾਹੀਦਾ ਹੈ। ਦੇਖੋ, ਸਾਹਿਤ ਵਿਗਿਆਨ ਦਾ ਮਤਲਬ ਕੀ ਹੁੰਦਾ ਵਾ? ਜਦੋਂ ਅਸੀਂ ਸਾਹਿਤ ਦਾ ਵਿਗਿਆਨਿਕ ਅਧਿਐਨ ਕਰਦੇ ਹਾਂ ਤਾਂ ਇਸ ਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਹਿਤ ਨੂੰ ਪ੍ਰਭਾਵਿਤ ਕਰਦੀਆਂ ਨੇ ਜਾਂ ਫਿਰ ਸਾਹਿਤ ਦੇ ਘੇਰੇ ਵਿੱਚ ਜੋ ਆਉਂਦੇ ਨੇ ਉਹਨਾਂ ਦੇ ਬਾਰੇ ਡਿਟੇਲ ਦੇ ਵਿੱਚ ਅਸੀਂ ਅਧਿਐਨ ਕਰਦੇ ਨੇ ਤਾਂ ਉਹਨੂੰ ਅਸੀਂ ਵਿਗਿਆਨਿਕ ਅਧਿਐਨ ਕਹਿੰਦੇ ਨੇ। ਹੁਣ ਕਿਸੇ ਵੀ ਚੀਜ਼ ਦਾ ਜੇਕਰ ਅਸੀਂ ਉਸਦੇ ਵਿੱਚ ਅਧਿਐਨ ਕਰਾਂਗੇ ਸਾਹਿਤ ਦਾ, ਤਾਂ ਕੀ ਕਿਹਾ ਹੈ ਉਹਨਾਂ ਨੇ ਕਿ ਉਸਦੇ ਵਿਸ਼ੇ ਦੇ ਵਿੱਚ ਹੀ ਹੋਣਾ ਚਾਹੀਦਾ ਹੈ। ਜਿਵੇਂ ਭਾਸ਼ਾ ਲਈ ਭਾਸ਼ਾ ਵਿਗਿਆਨ, ਮਾਨਵ ਵਿਗਿਆਨ, ਮਨੋਵਿਸ਼ਲੇਸ਼ਣ ਜਾਂ ਸਾਹਿਤ ਸ਼ਾਸਤਰ ਆਦਿ। ਇਹ ਵੀ ਗੱਲ ਬਿਲਕੁਲ ਠੀਕ ਹੈ, ਕਿਉਂਕਿ ਦੇਖੋ ਜੇਕਰ ਅਸੀਂ ਭਾਸ਼ਾ ਵਿਗਿਆਨ ਦਾ ਮਨੋਵਿਗਿਆਨ ਦੇ ਵਿੱਚ ਅਧਿਐਨ ਕਰਾਂਗੇ ਤਾਂ ਉਹ ਬਿਲਕੁਲ ਗਲਤ ਹੋ ਜਾਏਗਾ, ਉਹ ਇੱਕ ਦੂਸਰੇ ਨਾਲ ਮੇਲ ਹੀ ਨਹੀਂ ਖਾਏਗਾ। ਇਸ ਕਰਕੇ ਜੋ ਜਿਸਦਾ ਪ੍ਰੈਫਰ ਕਰਦਾ ਹੈ ਅਸੀਂ ਉਸਦੇ ਨਾਲ ਹੀ ਉਸਨੂੰ ਰਿਲੇਟ ਕਰਾਂਗੇ। ਸੋ ਇਹ ਸਾਡੇ ਕੋਲ ਕੁਝ ਹੱਦ ਤੱਕ ਸਹੀ ਲੱਗ ਰਿਹਾ ਹੈ। ਕਾਰਨ ਹੁਣ ਇਸਦਾ ਇਹ ਦੱਸਿਆ ਗਿਆ ਹੈ, ਇਵੇਂ ਹੀ ਸਾਹਿਤਕ ਕਿੱਤਾ ਜਾਂ ਸਾਹਿਤ ਵਸਤੂ ਦਾ ਅਧਿਐਨ ਸਾਹਿਤ ਵਿਗਿਆਨ ਨਾਂ ਦੇ ਵਿਸ਼ੇ ਅਧੀਨ ਹੋਣਾ ਚਾਹੀਦਾ ਹੈ। ਦੇਖੋ, ਉਹ ਗੱਲ ਅਲੱਗ ਆ ਜਾਂਦੀ ਹੈ। ਇਸ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈ ਕਿ ਸਾਹਿਤਕ ਕਿਰਤਾਂ ਜਿਹੜੀਆਂ ਸਾਹਿਤ ਦੇ ਨਾਲ ਰਿਲੇਟਡ ਹੈਗੀਆਂ ਨਾ, ਉਹਨਾਂ ਦਾ ਸਾਹਿਤ ਵਸਤੂ ਦਾ ਅਧਿਐਨ ਸਾਹਿਤ ਵਿਗਿਆਨ ਦੇ ਘੇਰੇ ਵਿੱਚ ਹੀ ਕਰਨਾ ਚਾਹੀਦਾ। ਜੇਕਰ ਅਸੀਂ ਸਾਹਿਤ ਵਾਲਾ ਅਧਿਐਨ ਕਰਨਾ ਹੈ ਤਾਂ ਓਬਵੀਅਸਲੀ ਅਸੀਂ ਸਾਹਿਤ ਵਿਗਿਆਨ ਦੇ ਘੇਰੇ ਵਿੱਚ ਹੀ ਕਰਾਂਗੇ। ਸੋ ਆਪਸ਼ਨ ਨੰਬਰ ਬੀ ਸਾਡੇ ਕੋਲ ਸਹੀ ਰਹਿ ਰਿਹਾ। ਸੋ ਇਸ ਦੇ ਵਿੱਚ ਆਪਸ਼ਨ ਨੰਬਰ ਸੀ ਯਾਨੀ ਕਿ ਆਂਸ਼ਿਕ ਸਹੀ ਹੈ ਇਹ, ਅਤੇ ਬੀ ਆਰ ਸਹੀ ਹੈ। ਆਪਸ਼ਨ ਨੰਬਰ ਸੀ ਜਿਹੜਾ ਹੈ ਇਸ ਦੇ ਵਿੱਚ ਰਾਈਟ ਆਂਸਰ ਹੋਏਗਾ। ਹੁਣ ਨੈਕਸਟ ਦੇ ਵਿੱਚ ਹੈਗਾ ਵਾ ਸੂਚੀ ਮਿਲਾਉਣੀ ਹੈ ਅਸੀਂ, ਸੂਚੀ 1 ਅਤੇ ਸੂਚੀ 2। ਇੱਕ ਬੰਨੇ ਰਾਈਟਰਸ ਦੇ ਨੇਮ ਹੈ ਅਤੇ ਇੱਕ ਬੰਨੇ ਉਹਨਾਂ ਦੀਆਂ ਕਿਰਤਾਂ ਦੇ ਨੇਮ ਹੈ। ਫਸਟ ਵੇਖੋ, ਰੁੱਖ ਅਤੇ ਰਿਸ਼ੀ ਕਿਹਨੇ ਲਿਖਿਆ ਹੈ? ਹਰਭਜਨ ਸਿੰਘ ਨੇ, ਯਾਨੀ ਕਿ ਆਪਸ਼ਨ ਨੰਬਰ 3। ਹੁਣ ਇਸ ਦੇ ਵਿੱਚ ਆਪਸ਼ਨ ਨੰਬਰ 3 ਕਿੱਥੇ ਆ ਰਿਹਾ ਹੈ? ਆਪਸ਼ਨ ਨੰਬਰ 3 ਬੀ ਦੇ ਉੱਤੇ ਹੀ ਆ ਰਿਹਾ, ਯਾਨੀ ਕਿ ਬੀ ਵਾਲੀ ਲਾਈਨ ਦੇਖੋ ਤਾਂ ਉਸਦੇ ਵਿੱਚ ਆਪਸ਼ਨ ਨੰਬਰ 3 ਆ ਜਾਏਗਾ। ਨੈਕਸਟ ਬੰਦੀਵਾਨ, ਉਹ ਕਿਹਨੇ ਲਿਖਿਆ ਹੈ? ਫਖਰ ਜ਼ਮਾਨ ਨੇ। ਐਂਡ ਨੈਕਸਟ ਹੈਗਾ ਖਾਨਾਬਦੋਸ਼ ਆ ਜਾਂਦਾ ਹੈ ਅਜੀਤ ਕੌਰ ਦੇ ਨਾਲ ਰਿਲੇਟਡ। ਨੈਕਸਟ ਸਾਡੇ ਕੋਲ ਆ ਜਾਂਦਾ ਕੱਲ੍ਹ ਕਾਲਜ ਬੰਦ ਰਹੇਗਾ, ਜੋ ਕਿ ਚਰਨਦਾਸ ਸਿੱਧੂ ਦੇ ਨਾਲ ਰਿਲੇਟਡ ਹੈ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਕਾਫੀ ਕਿਹੜਾ ਰੂਪ ਹੈ? ਹੁਣ ਕਾਫੀ ਦੱਸੋ ਕਿਹੜਾ ਰੂਪ ਅਸੀਂ ਮੰਨਦੇ ਹਾਂ ਕਾਫੀ ਨੂੰ? ਮੈਂ ਉੱਥੇ ਕੋਰਸਿਸ ਦੇ ਵਿੱਚ ਆਲਰੇਡੀ ਇਹਨਾਂ ਬਾਰੇ ਦੱਸ ਚੁੱਕੀ ਹਾਂ। ਕਾਫੀ ਜਿਹੜਾ ਹੈਗਾ ਵਾ ਉਹ ਪ੍ਰਗੀਤਕ ਹੈ, ਬਿਰਤਾਂਤਕ ਹੈ, ਨਾਟਕੀ ਹੈ ਜਾਂ ਮਿਸ਼ਰਤ ਹੈ। ਪ੍ਰਗੀਤਕ ਯਾਨੀ ਕਿ ਗੀਤ ਦੇ ਰੂਪ ਦੇ ਨਾਲ ਰਿਲੇਟ ਕਰਦਾ ਹੈ। ਬਿਰਤਾਂਤਕ ਹੁੰਦਾ ਵਾ ਕਿਸੇ ਚੀਜ਼ ਨੂੰ ਫੁੱਲ ਡਿਟੇਲ ਦੇ ਵਿੱਚ ਜਦੋਂ ਬਿਰਤਾਂਤ ਰੂਪ ਕਹਾਣੀ ਰੂਪ ਦੱਸਦੇ ਆ। ਨਾਟਕੀ ਹੈਗਾ ਵਾ, ਨਾਟਕ ਦੇ ਬਾਰੇ ਤੁਸੀਂ ਪੜ੍ਹਿਆ ਹੁੰਦਾ ਵਾ, ਨਾਟਕ ਜਿਹੜਾ ਹੈਗਾ ਨੱਠ ਧਾਤੂ ਤੋਂ ਸਾਨੂੰ ਮਿਲਿਆ ਹੈ। ਜਦੋਂ ਕਿਸੇ ਦੇ ਅਸੀਂ ਨਕਲਾਂ ਵਗੈਰਾ ਕਰਦੇ ਹਾਂ ਐਜ਼ ਅ ਸਟੇਜ ਦੇ ਉੱਤੇ ਤਾਂ ਉਹ ਨਾਟਕ ਦੇ ਵਿੱਚ ਆ ਜਾਂਦਾ ਵਾ। ਮਿਸ਼ਰਤ ਹੈਗਾ ਵਾ ਸਾਰਿਆਂ ਦਾ ਕੋਂਬੀਨੇਸ਼ਨ ਹੈ। ਸੋ ਇਸ ਦੇ ਵਿੱਚ ਆਪਸ਼ਨ ਨੰਬਰ ਏ ਜਿਹੜਾ ਹੈ ਸਾਡੇ ਕੋਲ ਰਾਈਟ ਆਂਸਰ ਹੈ। ਕਾਫੀ ਜਿਹੜਾ ਸਾਡੇ ਕੋਲ ਪ੍ਰਗੀਤਕ ਰੂਪ ਹੈ। ਸੋ ਇਸ ਦੇ ਵਿੱਚ ਵੀ ਸਾਨੂੰ ਕਾਫੀ ਸਾਰੀਆਂ ਇਸਦੀਆਂ ਟਾਈਪਸ ਮਿਲ ਜਾਂਦੀਆਂ, ਮੁਰੱਬਾ ਕਾਫੀ, ਮੁਰੱਕਲ, ਮੁਖਮਤ, ਬਹੁਤ ਸਾਰੇ ਇਸਦੇ ਟਾਈਪਸ ਹੈਗੇ ਨੇ ਜੋ ਇਸ ਤੋਂ ਅੱਗੋਂ ਡਿਫਾਈਨ ਹੁੰਦੀਆਂ ਨੇ। ਨੈਕਸਟ, ਸਤਿਅਮ ਸ਼ਿਵਮ ਸੁੰਦਰਮ ਦਾ ਸੰਬੰਧ ਕਿਸ ਸੰਪਰਦਾਇ ਨਾਲ ਹੈ?
सत्यम शिवम सुंदरम जेडे कि रस है ने या फिर धुनी है या फिर औचित्य है या फिर तिना विचों किसी ना नहीं। सो इसका ऑप्शन नंबर डी जेड़ा है और राइट आंसर है, इन तिना का संबंध किसी नाल नहीं है। सो ये अज के एम सी क्यूज जो कि पंजाबी प्रीवियस जीएस क्वेश्चन पेपर के उत्ते मैं लैके आई हाँ। बाकी जड़ी है नाल दे नाल वीडियो अपलोड करती रहांगी, तुसी मेरे चैनल को सबसक्राइब जरूर कर लो ता जो तुहानू नोटिफिकेशन मिलती रहे ते बैल आइकन जरूर दबा लियो, लाइक करो एंड नाले ही शेयर करो वीडियोज़ नू। थैंक यू।